ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੂਰਿਸਟ ਵੀਜ਼ੇ ਰਿਫਿਊਜ਼ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਟੂਰਿਸਟ ਵੀਜ਼ਾ ਦੇ ਨਾਂ ਤੇ ਬਹੁਤ ਵੱਡਾ ਕਾਰੋਬਾਰ ਹੁੰਦਾ ਹੈ ਕਈ ਲੋਕਾਂ ਤੋਂ ਲੱਖਾਂ ਰੁਪਏ ਲਏ ਜਾਂਦੇ ਨੇ ਟੂਰਿਸਟ ਵੀਜ਼ਾ ਦੇ ਪਰ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਦੇ ਟੂਰਿਸਟ ਵੀਜ਼ੇ ਰਿਫਿਊਜ਼ ਹੋਣਾ ਕੈਨੇਡਾ ਤੋਂ ਇੱਕ ਵੱਡੀ ਸੈਡ ਨਿਊਜ਼ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕੀ ਇਹ ਮੰਨਿਆ ਜਾਵੇ ਕਿ ਹੁਣ ਭਵਿੱਖ ਚ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਵੀ ਔਖ ਹੈ ਕਿ ਟੂਰਿਸਟ ਵੀਜ਼ਾ ਰਿਫਿਊਜ਼ ਹੋਣ ਦੇ ਪਿੱਛੇ ਮਾੜੇ ਏਜੰਟਾਂ ਦੀ ਭੂਮਿਕਾ ਹੈ ਵਿਦਿਆਰਥੀ ਜਾਂ ਵਿਦਿਆਰਥੀਆਂ ਦੇ ਮਾਪੇ ਜਾਂ ਘੁੰਮਣ ਫਿਰਨ ਜਾਣ ਵਾਲੇ ਹੁਣ ਟੂਰਿਸਟ ਵੀਜ਼ਾ ਕਿੱਥੋਂ ਤੇ ਕਿਵੇਂ ਅਪਲਾਈ ਕਰਨ ਪਰ ਉਸ ਤੋਂ ਪਹਿਲਾਂ ਜਸਮੀਤ ਭਾਟੀਆ ਜੀ ਤੋਂ ਪੂਰੀ ਕਲੈਰਿਟੀ ਲੈਣੇ ਆ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ जसवीर जी यबर कि सच है कि हज़ारा टूरिस्ट वे रिफ्यूज़ करते कैनेडा ने पिछले कुछ दिनों सर बहुत ज़्यादा टूरिस्ट वीजे दाइल्स नजैक्शन का दा सामना करना पे आ, खास करके जेड़े जेडिया ने फंड शो कराए थे बहु जेड़े लोगों ने मैं कह कि फेक डॉक्यूमेंट्स अपन फाइल लाइया सी और काफ़ी सारे यंगस्टर्स फाइल है जिन्होंने आफ्टर वीजा लख रुपया दे के, ਛੋਟੇ ਛੋਟੇ ਕੰਸਲਟੈਂਟਸ ਤੋਂ ਆਪਣੀ ਫਾਈਲ ਲਗਾਈ ਸੀ ਸੋ ਉਹਨਾਂ ਸਾਰਿਆਂ ਦੇ ਟੂਰਿਸਟ ਵੀਜ਼ਾ ਮੇਰੇ ਹਿਸਾਬ ਨਾਲ ਰਿਫਿਊਜ਼ ਕਰ ਦਿੱਤੇ ਗਏ ਨੇ ਐਂਡ ਸੁਣਨ ਚਾ ਰਿਹਾ ਕਿ ਬਹੁਤ ਹੀ ਵੱਡੀ ਤਦਾਦ ਚ ਕੈਨੇਡਾ ਸਟ੍ਰਿਕਟ ਹੋ ਚੁੱਕਿਆ ਟੂਰਿਸਟ ਵੀਜ਼ਾ ਤੇ ਔਰ ਜੇ ਤੁਸੀਂ ਹੁਣ ਟੂਰਿਸਟ ਵੀਜ਼ਾ ਅਪਲਾਈ ਕਰਨਾ ਤੁਹਾਨੂੰ ਕਾਫੀ ਜ਼ਿਆਦਾ ਬਾਰੀਕੀਆਂ ਦਾ ਖਿਆਲ ਰੱਖਣਾ ਪਏਗਾ ਅੱਛਾ ਗਲਤੀਆਂ ਕਿਹੜੀਆਂ ਕਿੜੀਆਂ ਰਹੀਆਂ ਸਾਡੇ ਟੂਰਿਸਟਾਂ ਦੀਆਂ ਪਿਛਲੇ ਸਮਿਆਂ ਚ ਵੀ ਇੰਨੇ ਵੀਜ਼ੇ ਰਿਫਿਊਜ਼ ਕਰਨੇ ਪਏ ਕੈਨੇਡਾ ਨੂੰ ਕੋਈ ਡਾਰਾ ਕੈਨੇਡਾ ਨੂੰ ਅੱਜਕੱਲ ਪਹਿਲੀ ਗੱਲ ਤਾਂ ਸਰ ਟੂਰਿਸਟ ਵੀਜ਼ਾ ਉਹਨਾਂ ਏਜੰਟਾਂ ਦੇ ਰਿਫਿਊਜ਼ ਹੋਏ ਨੇ ਜ਼ਿਆਦਾਤਰ ਮੇਰੇ ਕੋਲ ਅੱਜ ਦੀ ਡੇਟ 'ਚ ਵੀ ਡੇਲੀ 4-5 ਟੂਰਿਸਟ ਵੀਜ਼ਾ ਅਪਰੂਵਲਸ ਆ ਰਹੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਨਾ ਹੀ ਕੋਈ ਫੇਕ ਡਾਕੂਮੈਂਟ ਲਾਂਦਾ ਹੈ ਨਾ ਹੀ ਕਿਸੇ ਤੋਂ ਲੱਖਾਂ ਰੁਪਏ ਲੈਂਦਾ ਆਫਟਰ ਵੀਜ਼ਾ ਠੀਕ ਹੈ ਨਾ ਹੀ ਕੋਈ ਫੰਡ ਸ਼ੋ ਕਰਾਂਦਾ ਸਾਡੇ ਕੋਲ ਜੈਨੂਇਨ ਸਟੂਡੈਂਟ ਆਂਦਾ ਜੈਨੂਇਨ ਕਲਾਇੰਟ ਆਂਦਾ ਜੈਨੂਇਨ ਲੋਕ ਆਂਦੇ ਜਿੰਨਾ ਬੱਚਿਆਂ ਨੂੰ ਅਸੀਂ ਭੇਜਿਆ ਉਹਨਾਂ ਦੇ ਪੇਰੈਂਟਸ ਤੇ ਆਪਾਂ ਟੂਰਿਸਟ ਵੀਜ਼ਾ ਲਾਈਦੇ ਆਂ ਔਰ ਉਹਨਾਂ ਦੇ ਅਪਰੂਵਲਸ ਅੱਜ ਦੀ ਡੇਟ 'ਚ ਵੀ ਆ ਰਹੀਆਂ ਨੇ ਜਦੋਂ ਆਪਾਂ ਕਹਿੰਦੇ ਆ ਕੈਨੇਡਾ ਸਰਕਾਰ ਵੀ ਸਾਡੇ ਇਸ਼ਤਿਹਾਰ ਦੇਖਦੀ ਐ ਸੋ ਇਸ਼ਤਿਹਾਰ ਦੇਖਣ ਦੀ ਮਤਲਬ ਐ ਕਿ ਜਦੋਂ ਕੋਈ ਏਜੰਟ ਲਾਂਦਾ ਨਾ ਆਪਣੀ ਕੀ ਕਹਿੰਦੇ ਆ ਫਾਈਲ ਔਰ ਉਹ ਐਡ ਲਾਂਦਾ ਉਹਦੇ 'ਚ ਦਿੰਦਾ ਕਿ ਸਾਰੇ ਵੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਔਰ ਉੱਥੇ ਲਿਖਦਾ ਐ ਕਿ ਮੈਂ ਕੀ ਕਹਿੰਦੇ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਔਰ ਮੈਂ ਪੈਸੇ ਸਾਡ ਡਾਕੂਮੈਂਟ ਦੀ ਵੀ ਲੋੜ ਨਹੀਂ ਸਮਝਾਈ ਸਰ ਤੁਹਾਨੂੰ ਕੋਈ ਡਾਕੂਮੈਂਟ ਦੇਣ ਦੀ ਲੋੜ ਨਹੀਂ ਸੋ ਡਾਕੂਮੈਂਟ ਦੇਣ ਦੀ ਲੋੜ ਨਹੀਂ ਇੱਥੇ ਸਾਰੀਆਂ ਐਡਾਂ ਕੈਨੇਡਾ ਇਮੀਗ੍ਰੇਸ਼ਨ ਤੁਹਾਡੀਆਂ ਦੇਖ ਰਿਆ ਐ ਇਹੋ ਜੇ ਕੰਸਲਟੈਂਟ ਦੇ ਇੰਸਟਾਗ੍ਰam ਅਕਾਊਂਟ ਵੀ ਕੈਨੇਡਾ ਦੇਖ ਰਿਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਐ ਹੱਥ ਜੋੜ ਕੇ ਕਿ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਬਚੀਏ ਬਿਲਕੁਲ ਠੀਕ ਹੈ ਸੋ ਹੁਣ ਇਹ ਮੰਨਿਆ ਜਾਵੇ ਕਿ ਟੂਰਿਸਟ ਵੀਜ਼ਾ ਕੈਨੇਡਾ ਚ ਮਿਲੂਗਾ ਕੈਨੇਡਾ ਦੀ ਸਰਕਾਰ ਦਊਗੀ ਆ ਲਗਭਗ ਟੂਰਿਸਟ ਵੀਜ਼ਾ ਬੈਨ ਕਰਨ ਵਾਲੀ ਸਥਿਤੀ ਆਨਲਾਈਨ ਦੇ ਤੌਰ ਦੇ ਉੱਤੇ ਸੋ ਸਰ ਕੀ ਕਹਿੰਦੇ ਮੈਂ ਕਵਾਂਗਾ ਕਿ ਸਾਰਿਆਂ ਨੂੰ ਮੇਰੀ ਇਹੀ ਐਡਵਾਈਸ ਹੈ ਕਿ ਪਹਿਲੀ ਗੱਲ ਤਾਂ ਇੱਕ ਕੰਸਲਟੈਂਟ ਦੀ ਜਿਹੜੀ ਚੋਣ ਹੈ ਉਹ ਕਿਸੇ ਮੰਨੇ ਪਰਮੰਨੇ ਕੰਸਲਟੈਂਟ ਦੀ ਚੋਣ ਕਰੀਏ ਆਪਾਂ ਆਪਾਂ ਇਦਾਂ ਨਾ ਕਰੀਏ ਕਿ ਕੀ ਕਹਿੰਦੇ ਆ ਕਿ ਜਿਹੜੇ ਕੰਸਲਟੈਂਟ ਅੱਜ ਤੱਕ ਸਿਰਫ ਫਾਈਲ ਸਿਰਫ ਫੇਕ ਕੰਮ ਕਰਦੇ ਆ ਰਹੇ ਆ ਉਹਨਾਂ ਥਰੂ ਆਪਣੀ ਫਾਈਲ ਲਗਾਈਏ ਇੱਕ ਸਹੀ ਕੰਸਲਟੈਂਟ ਦੇ ਥਰੂ ਆਪਾਂ ਫਾਈਲ ਲਈ ਹੈ ਅੱਜ ਦੀ ਰੇਟ ਚ ਕੰਸਲਟੈਂਟਸ ਦੀ ਵੀ ਵੈਰੀਫਿਕੇਸ਼ਨ ਸ਼ੁਰੂ ਹੋ ਚੁੱਕੀ ਆ ਇੱਕ ਇੱਕ ਕੰਸਲਟੈਂਟ ਦੀ ਪ੍ਰੋਫਾਈਲ ਬਣ ਰਹੀ ਆ ਇਮੀਗ੍ਰੇਸ਼ਨ ਚ ਔਰ ਜਿਹੜੇ ਕੰਸਲਟੈਂਟ ਸਹੀ ਕੰਮ ਕਰ ਰਹੇ ਆ ਉਹਨਾਂ ਦੇ ਹੀ ਫਿਊਚਰ ਚ ਵੀਜ਼ਾ ਆਣੇ ਚਾਹੇ ਉਹ ਟੂਰਿਸਟ ਹੋਵੇ ਚਾਹੇ ਉਹ ਸਟੱਡੀ ਹੋਵੇ ਔਰ ਇਹ ਚੀਜ਼ਾਂ ਬਾਕੀ ਸਾਰੀ ਇਮੀਗ੍ਰੇਸ਼ਨ ਵੀ ਕਰ ਚੁੱਕੀਆਂ ਸ਼ੁਰੂ ਹੁਣ ਯੂਐਸਏ ਦੇ ਦੇਖੋ ਤੁਸੀਂ ਵੀਜ਼ਾ ਬਿਲਕੁਲ ਨਹੀਂ ਆ ਰਹੇ ਕਿਉਂਕਿ ਸਾਰੀ ਫਾਈਲ ਫੇਕ ਲੱਗ ਰਹੀ ਹੈ ਸਾਰੀ ਫਾਈਲ ਫੇਕ ਲੱਗ ਰਹੀ ਹੈ ਫੇਕ ਫੰਡਸ ਫੇਕ ਡਾਕੂਮੈਂਟਸ ਕੰਸਲਟੈਂਟ ਜਿਹੜੇ ਆਈਟੀ ਆਈਟੀ ਤੋਂ ਆਪਣਾ ਫਾਈਲ ਲਾਂਦਾ ਸਿੱਧਾ ਰਿਫਿਊਜ਼ਲ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ ਔਰ ਟੂਰਿਸਟ ਵੀਜ਼ਾ ਮਿਲੇਗਾ ਪਰ ਸਹੀ ਡਾਕੂਮੈਂਟਸ ਤੇ ਸਹੀ ਕੀ ਕਹਿੰਦੇ ਆ ਮੈਂ ਕਹਾਂਗਾ ਡਾਕੂਮੈਂਟ ਸਹੀ ਹੋਣੇ ਜ਼ਰੂਰੀ ਹੈ ਔਰ ਸਹੀ ਫੰਡਸ ਤੇ ਔਰ ਸਹੀ ਕੰਸਲਟੈਂਟ ਦੀ ਫਾਈਲ ਤੇ ਬਿਲਕੁਲ ਠੀਕ ਹੈ ਸੋ ਜਸਮੀਤ ਜੀ ਇਹ ਵੀ ਇੱਕ ਟ੍ਰੈਂਡ ਜਾਂ ਪਿੱਛੇ ਚੱਲਿਆ ਸੀ ਕਿ ਟੂਰਿਸਟ ਵੀਜ਼ਾ ਤੇ ਜਾ ਕੇ ਉੱਥੇ ਵਰਕ ਪਰਮਿਟ ਲੈ ਲੈਂਦੇ ਸੀ ਜਾਂ ਐਲਐਮਆਈ ਲੈ ਲੈਂਦੇ ਸੀ ਇਹ ਵੀ ਇੱਕ ਕਾਰਨ ਹੈ ਕਿ ਟੜਾ-ਟੜ ਰਿਫਿਊਜ਼ਲ ਕੈਨੇਡਾ ਦੇ ਰਿਹਾ ਹੈ ਬੇਕੁਸਰ ਸਰ ਹੁਣ ਉਹਨਾਂ ਨੂੰ ਚਾਹੀਦਾ ਜੈਨੂਇਨ ਸਟੂਡੈਂਟ ਜੈਨੂਇਨ ਟੂਰਿਸਟ ਜਿਹੜੇ ਟੂਰਿਸਟ ਜੈਨੂਇਨਲੀ ਉੱਥੇ ਵਿਜ਼ਿਟ ਕਰਨ ਆ ਰਹੇ ਆ ਇੱਥੇ ਤਾਂ ਆਪਾਂ ਲਿਖ ਦਿੰਨੇ ਆ ਆਪਾਂ ਵਿਜ਼ਿਟ ਕਰਨ ਜਾ ਰਹੇ ਆ 5 ਦਿਨ ਲਈ ਉੱਥੇ ਜਾਂਦੇ ਹੀ ਆਪਾਂ ਵਰਕ ਕਰ ਲੈਣੇ ਆ ਇਲੀਗਲ ਵਰਕ ਕਰਨਾ ਸ਼ੁਰੂ ਕਰ ਦਿੰਨੇ ਆ ਹੁਣ ਸੀਬੀਸੀਓ ਸੀਬੀਐਸਈ ਆਫਿਸਰਸ ਨੇ ਫੈਕਟਰੀਆਂ ਗੋਡਾਊਨਸ ਤੇ ਵੀ ਰੇਡ ਸ਼ੁਰੂ ਕੀਤੀ ਹੈ ਜਿੱਥੇ ਟੂਰਿਸਟ ਵੀਜ਼ਾ ਤੇ ਆ ਕੇ ਲੋਕੀ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਫੜ ਰਹੇ ਨੇ ਸੋ ਸਟੂਡੈਂਟ ਉਹ ਚਾਹੁੰਦੇ ਆ ਕਿ ਉਹਨਾਂ ਦਾ ਦੇਸ਼ ਉਹਨ ਇੱਕ ਸਹੀ ਟਰੈਕ ਤੇ ਆਵੇ ਕਿਉਂਕਿ ਕੁਝ ਚੀ ਕੁਝ ਇੰਟਰਨੈਸ਼ਨਲ ਸਟੂਡੈਂਟਸ ਨੇ ਕੁਝ ਟੂਰਿਸਟ ਵੀਜ਼ਾ ਤੇ ਗਏ ਲੋਕਾਂ ਨੇ ਜਿਹੜੀ ਪ੍ਰਿਵੀਲੇਜ ਦਿੱਤੀ ਕੈਨੇਡਾ ਨੇ ਉਹਨਾਂ ਨੂੰ ਵੀਜ਼ਾ ਦੇਣ ਦੀ ਉਹਨੂੰ ਮਿਸਯੂਜ਼ ਕੀਤਾ ਸਰ ਬਿਲਕੁਲ ਸੋ ਬਿਲਕੁਲ ਸਾਵਧਾਨ ਰਹਿਣ ਦੀ ਲੋੜ ਹੈ ਸੋ ਕੈਨੇਡਾ ਤੋਂ ਜਿਹੜੀਆਂ ਖਬਰਾਂ ਨੇ ਉਹ ਜ਼ਿਆਦਾ ਚੰਗੀਆਂ ਨਹੀਂ ਹੈ ਪਰ ਇੰਡੀਆ ਦੇ ਵਿੱਚੋਂ ਵੀ ਜਦੋਂ ਤੁਸੀਂ ਆਪਣੀ ਫਾਈਲ ਲਾਉਨੇ ਹੋ ਤੇ ਅਗਰ ਤੁਸੀਂ ਬਿਲਕੁਲ ਜੈਨੂਇਨ ਜੈਨੂਇਨ ਡਾਕੂਮੈਂਟਸ ਨੇ ਜੈਨੂਇਨ ਫੰਡਸ ਨੇ ਤਾਂ ਹੀ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰੋ ਔਰ ਤਾਂ ਹੀ ਤੁਸੀਂ ਕੈਨੇਡਾ ਟੂਰਿਜ਼ਮ ਦੇ ਲਈ ਜਾਓ और लैंडमार्क इमेन का नंबर स्क्रीन पर है ज्यादा जानकारी लिएमीत तो पाठिया जी के संपर्क कर सकते हो थैंक यू सो मच जसमीत जी थैंक यू सो मच सर थैंक